500 करोड़ का बजट है, 500 करोड़ के विचों इन्होंने 50 करोड़ का घोटाला, 50 करोड़ रुपया इन्होंने घपला किया। CBI नूं जांच दित्ती गई है, इन्हूं जल्द तो जल्द मैं चाहुंदा सरकार नूं जल्द तो जल्द सस्पेंड करना चाहिए, तो इन्हूं आपदे सारे ही इन्हां दे वापस लैने चाहिए। 39 करोड़ रुपया जिहड़ा इन्होंने इंस्टॉल कराया है गवर्नमेंट हाउस च, जो कि फर्जी है, जिहड़ा जिहदा कोई भी प्रूफ नहीं है। धर्म साहब चोर है, चोर है, चोर है, धर्म साहब चोर है, चोर है, चोर है। तुसी देख रहे हो देश प्रदेश टीवी ते मैं आसिफ कौर। कांग्रेस के कैबिनेट मंत्री साधु सिंह धर्मसोत वजीफा घोटाले के मामले दे विच वड्डियां मुसीबतां दे विच घिरे हुए नज़र आ रहे ने। यूथ अकाली दल के वर्करां द्वारा अज चंडीगढ़ स्थित साधु सिंह धर्मसोत की रिहायश के सामने जबरदस्त हंगामा किया जा रहा है। रोस प्रदर्शनकारी के हाथों के बैनर चुके हुए ने, उन्होंने द्वारा साधु सिंह धर्मसोत के उपर चोर होने के दोष लगाए जा रहे हैं, जिसके नाल ही मांग की जा रही है कि साधु सिंह धर्मसोत के खिलाफ वजीफा घोटाले के मामले के कार्रवाई होनी चाहिए है, और इसके नाल ही अहुदे तो अस्तीफा देने की मांग भी जा रही है। सब तो पहला तुहानू तस्वीर दिखा देंदे हैं कि किस तरह चंडीगढ़ के साधु सिंह धर्मसोत की रिहायश सामने यूथ अकाली दल और SOI स्टूडेंट ऑर्गनाइजेशन ऑफ इंडिया के जो वर्कर ने, उन्होंने द्वारा जबरदस्त हंगामा किया जा रहा है, प्रदर्शन किया जा रहा है, लगातार मांग की जा रही कि साधु सिंह धर्मसोत को वजीफा घोटाले के मामले के अपने अहुदे तो अस्तीफा दे देना चाहिए है। 500 करोड़ का बजट है, 500 करोड़ के इन्होंने 50 करोड़ का घोटाला, 50 करोड़ रुपया इन्होंने घपला किया, जिदे जो कि 39 करोड़ रुपया एक प्राइवेट इंस्टीट्यूट नूं गया, जिहड़े दा कोई पता नहीं किहड़ा इंस्टीट्यूट है, वो कित्थों दा इंस्टीट्यूट है, क्यों भाई? CBI नूं जांच दित्ती गई है, इहनूं जल्द तो जल्द मैं चाहुंदा सरकार नूं जल्द तो जल्द सस्पेंड करना चाहिए, तो इहनूं आपदे सारे ही इहनां दे वापस लैने चाहिए। गरीब विद्यार्थियों ने वजीफे खाने, डाकू घड़म चौधरी चोर, नाम साधु कम चोरां वाले, जो पिछले दिनों दे विच इहनां दे एडिशनल ਅਡੀਸ਼ਨਲ ਚੀਫ ਸੈਕਟਰੀ ਨੇ ਜੋ ਕਿਹਾ ਕਿ ਇਹਨਾਂ ਨੇ ਘਪਲਾ ਕੀਤਾ, ਇਹਨਾਂ ਦੇ ਚੀਫ ਸੈਕਟਰੀ ਨੇ ਕਲੀਨ ਚਿੱਟ ਦਿੱਤੀ, ਉਹ ਕਲੀਨ ਚਿੱਟ ਕੈਪਟਨ ਅਮਰਿੰਦਰ ਨੇ ਦਵਾਈ, ਕਿਉਂਕਿ ਇਹਦੀਆਂ ਪੇਸ਼ੀਆਂ ਦਿੱਲੀ ਪਰਿਵਾਰ, ਦਿੱਲੀ ਗਾਂਧੀ ਪਰਿਵਾਰ ਦੇ ਘਰੇ ਪੈਂਦੀਆਂ ਸੀ, ਕੁਰਸੀ ਨੂੰ ਖਤਰਾ ਸੀ। ਅੱਜ ਅਸੀਂ ਸਵਾਲ ਕਰਦੇ ਹਾਂ ਕੈਪਟਨ ਅਮਰਿੰਦਰ ਨੂੰ, ਅੱਜ ਸਵਾਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਨੂੰ ਕਿ ਤੁਸੀਂ ਇੱਦਾਂ ਦੇ ਚੋਰ ਜਿਹਨੇ ਚੋਰੀ ਕੀਤੀ ਕਿੰਨਾ ਨਾਲ, ਵਿਦਿਆਰਥੀਆਂ ਨਾਲ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ, ਉਸ ਗਰੀਬ ਪਰਿਵਾਰਾਂ ਨਾਲ ਜਿਨ੍ਹਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਆ, ਇਹਨੂੰ ਕੈਬਨਿਟ ਤੋਂ ਬਰਖਾਸਤ ਕਰਕੇ ਇਹਨੂੰ ਜੇਲ੍ਹ 'ਚ ਸਿੱਟ ਕੇ ਇਹਦੇ 'ਤੇ ਪਰਚਾ ਕੀਤਾ ਜਾਵੇ, ਤਾਂ ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਗਰੀਬ ਵਿਦਿਆਰਥੀਆਂ ਨੂੰ ਨਿਆਂ ਮਿਲ ਸਕੇ। ਜਿਹੜੇ ਆਪਣੇ IAS ਹੈਗੇ, ਉਹਨਾਂ ਨੇ ਉਹ ਕੀਤਾ ਹੈਗਾ 39 ਕਰੋੜ ਰੁਪਇਆ ਜਿਹੜਾ ਇਹਨਾਂ ਨੇ ਇੰਸਟਾਲ ਕਰਾਇਆ ਹੈਗਾ ਗਵਰਨਮੈਂਟ ਹਾਊਸ 'ਚ, ਜੋ ਕਿ ਫਰਜ਼ੀ ਹੈ, ਜਿਹੜਾ ਜਿਹਦਾ ਕੋਈ ਵੀ ਪ੍ਰੂਫ ਨਹੀਂ ਹੈ, ਉਹ ਕਿਹੜੀ ਉਹ ਕੰਪਨੀ ਹੈ। ਛੇਤੀ ਤੋਂ ਛੇਤੀ ਅਸੀਂ ਮੰਗ ਕਰਦੇ ਹਾਂ ਜੇ ਸਾਧੂ ਸਿੰਘ ਧਰਮਸੋਧ ਨੂੰ ਕਸਟਡੀ 'ਚ ਲੈ ਕੇ ਇੰਟਰੋਗੇਟ ਕੀਤਾ ਜਾਵੇ, ਜੋ ਕਿ ਹੋਰ ਗੱਲਾਂ ਸਾਹਮਣੇ ਆਉਣ, ਜੋ ਕਿ ਸਾਡੇ ਸਟੂਡੈਂਟਸ ਦੇ ਸਕਾਲਰਸ਼ਿਪ ਦੇ ਪੈਸੇ ਖਾਧੇ ਆ, ਇੱਕ ਇੱਕ ਸਾਹਿਬ, ਇੱਕ ਇੱਕ ਭਾਈ ਦਾ ਹਿਸਾਬ ਸਟੂਡੈਂਟ, ਪੰਜਾਬ ਦਾ ਸਟੂਡੈਂਟ ਮੰਗ ਰਿਹਾ ਹੈ। ਧਰਮਸੋਧ ਚੋਰ ਹੈ, ਚੋਰ ਹੈ, ਚੋਰ ਹੈ, ਧਰਮਸੋਧ ਚੋਰ ਹੈ, ਚੋਰ ਹੈ, ਚੋਰ ਹੈ। ਸੋ ਤਸਵੀਰਾਂ ਦੇ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਯੂਥ ਅਕਾਲੀ ਦਲ ਦੇ ਵਰਕਰਾਂ ਦੁਆਰਾ ਸਖ਼ਤ ਰੋਸ ਪ੍ਰਦਰਸ਼ਨ ਸਾਧੂ ਸਿੰਘ ਧਰਮਸੋਧ ਦੇ ਖਿਲਾਫ਼ ਜ਼ਾਹਿਰ ਕੀਤਾ ਜਾ ਰਿਹਾ। ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਅਤੇ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਮੰਗ ਕੀਤੀ ਜਾ ਰਹੀ ਹੈ ਸਾਧੂ ਸਿੰਘ ਧਰਮਸੋਧ ਦੇ ਅਸਤੀਫੇ ਦੀ, ਕਿਉਂਕਿ ਵਜੀਫਾ ਘੁਟਾਲੇ ਦੇ ਮਾਮਲੇ ਦੇ ਵਿੱਚ ਵੱਡੇ ਦੋਸ਼ ਸਾਧੂ ਸਿੰਘ ਧਰਮਸੋਧ ਦੇ ਉੱਪਰ ਲੱਗਦੇ ਹੋਏ ਨਜ਼ਰ ਆ ਰਹੇ ਨੇ। ਇਸ ਤੋਂ ਪਹਿਲਾਂ ਵੀ ਸਾਧੂ ਸਿੰਘ ਧਰਮਸੋਧ ਲਗਾਤਾਰ ਵਜੀਫਾ ਘੁਟਾਲੇ ਦੇ ਮਾਮਲੇ ਦੇ ਵਿੱਚ ਘਿਰੇ ਹੋਏ ਨੇ, ਵੱਡੇ ਦੋਸ਼ ਉਹਨਾਂ ਦੇ ਉੱਪਰ ਲੱਗਦੇ ਰਹੇ। ਇਸ ਮਾਮਲੇ ਦੇ ਵਿੱਚ ਵਿਰੋਧੀ ਪਾਰਟੀਆਂ ਦੁਆਰਾ ਜ਼ਬਰਦਸਤ ਹੰਗਾਮਾ ਕੀਤਾ ਜਾਂਦਾ ਹੈ ਅਤੇ ਸਾਧੂ ਸਿੰਘ ਧਰਮਸੋਧ ਦੇ ਅਸਤੀਫੇ ਦੀ ਮੰਗ ਪਹਿਲਾਂ ਵੀ ਕਈ ਵਾਰ ਉੱਠ ਚੁੱਕੀ ਹੈ। ਦਾਸੀ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਧ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਦੇ ਵਿੱਚ 64 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ਾਂ ਦੇ ਵਿੱਚ ਲਗਾਤਾਰ ਘਿਰੇ ਹੋਏ ਨੇ। ਇਸ ਮਾਮਲੇ ਦੇ ਵਿੱਚ ਹੁਣ CBI ਦੁਆਰਾ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਇੱਕ ਪਾਸੇ CBI ਦੀ ਜਾਂਚ, ਦੂਸਰੇ ਪਾਸੇ ਵਿਰੋਧੀ ਪਾਰਟੀਆਂ ਦੁਆਰਾ ਜਿਸ ਤਰ੍ਹਾਂ ਕਮਾਨ ਸੰਭਾਲ ਲਈ ਗਈ ਹੈ, ਕਾਂਗਰਸ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਸਾਧੂ ਸਿੰਘ ਧਰਮਸੋਧ ਦੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ, ਕਾਂਗਰਸ ਪਾਰਟੀ ਦੇ ਲਈ ਇਹ ਵੱਡੀ ਮੁਸ਼ਕਲ ਬਣ ਸਕਦੀ ਹੈ। ਦੱਸੀ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਮੁੱਖ ਸਕੱਤਰ ਬਿਨੀ ਮਹਾਜਨ ਦੀ ਅਗਵਾਈ ਦੇ ਵਿੱਚ ਜਾਂਚ ਕਰ ਰਹੀ ਟੀਮ ਦੁਆਰਾ ਕਲੀਨ ਚਿੱਟ ਸਾਧੂ ਸਿੰਘ ਧਰਮਸੋਧ ਨੂੰ ਦਿੱਤੀ ਜਾ ਚੁੱਕੀ ਸੀ, ਪਰ ਹੁਣ CBI ਦੁਆਰਾ ਵਜੀਫਾ ਘੁਟਾਲੇ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੁਆਰਾ ਸਾਧੂ ਸਿੰਘ ਧਰਮਸੋਤ ਦੇ ਵਜ਼ੀਫਾ ਘੁਟਾਲੇ ਦੇ ਮਾਮਲੇ ਦੇ ਵਿੱਚ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਕਾਂਗਰਸ ਪਾਰਟੀ ਦੇ ਲਈ ਇੱਕ ਵੱਡੀ ਮੁਸ਼ਕਲ ਬਣ ਸਕਦੀ ਹੈ ਕਿਉਂਕਿ ਪਹਿਲਾਂ ਵੀ ਸਾਧੂ ਸਿੰਘ ਧਰਮਸੋਤ ਵਜ਼ੀਫਾ ਘੁਟਾਲੇ ਦੇ ਮਾਮਲੇ ਦੇ ਵਿੱਚ ਘਿਰੇ ਰਹੇ ਨੇ। ਵੱਖ-ਵੱਖ ਵਿਰੋਧੀ ਪਾਰਟੀਆਂ ਦੁਆਰਾ ਲਗਾਤਾਰ ਅਸਤੀਫੇ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਤੇ ਹੁਣ ਯੂਥ ਅਕਾਲੀ ਦਲ ਨੇ ਮੋਰਚਾ ਸੰਭਾਲਿਆ ਹੈ। ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਚੰਡੀਗੜ੍ਹ ਸਥਿਤ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰੋਂ ਸਾਹਮਣੇ ਆਈਆਂ ਜਿੱਥੇ ਯੂਥ ਅਕਾਲੀ ਦਲ ਦੇ ਵਰਕਰਾਂ ਦੁਆਰਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਵਜ਼ੀਫਾ ਘੁਟਾਲੇ ਦੇ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ, ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਅਤੇ ਸਾਧੂ ਸਿੰਘ ਧਰਮਸੋਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦੇਣਾ ਚਾਹੀਦਾ ਹੈ। ਫਿਲਹਾਲ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਦੁਆਰਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ।